ਰਾਜੇ ਜਿਹੜੇ ਆ ਸਿੰਗਰਾਂ ਬਾਰੇ ਆਪਾਂ ਇਹਨਾਂ ਨੂੰ ਕੁਛ ਨਹੀਂ ਬੋਲਣਾ ਸਿੰਗਰਾਂ ਨੂੰ ਕਿਸੇ ਨੂੰ ਹਨਾ, ਕੋਈ ਕੁਛ ਕਰਦਾ ਅਖਾੜੇ ਲਾਵੇ ਸ਼ੋਅ ਲਾਵੇ ਕੋਈ ਗੀਤ ਬਣਾਵੇ, ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਹੁਣ ਕਹਿੰਦੇ ਹੈਗੇ ਵੀ ਸਿੱਧੂ ਨੂੰ ਟ੍ਰਿਬਿਊਟ ਨਹੀਂ ਆਹ ਨਹੀਂ ਦਿੱਤਾ ਹੈਗੀ ਵੀ ਇਹਨਾਂ ਨੇ ਦੋ ਸ਼ਬਦ ਲਿਖ ਕੇ ਨਹੀਂ ਪਾਏ। ਆਪਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਆਪਣਾ ਪਰਿਵਾਰ ਬਹੁਤ ਵੱਡਾ ਹੈ। ਸਿੱਧੂ ਪਹਿਲਾਂ ਵੀ ਇਕੱਲਾ ਸੀ, ਉਹਦੇ ਨਾਲ ਸਾਰਾ ਉਹਦਾ ਪਰਿਵਾਰ ਸੀ, ਸਿੱਧੂ ਹੁਣ ਵੀ ਇਕੱਲਾ ਹੀ ਹੈ, ਆਪਾਂ ਵੀ ਇਕੱਲੇ ਹਾਂ, ਆਪਾਂ ਨੂੰ ਉਹਨਾਂ ਦੀ ਸਹਿਮਤੀ ਲੈਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈਗੀ। ਮੈਂ ਉਦੋਂ ਵੀ ਕਿਹਾ ਸੀ ਵੀ ਨਾ ਤਾਂ ਅਸੀਂ ਕੋਈ ਐਂ ਕਹਿੰਦੇ ਵੀ ਉਹ ਸਾਡਾ ਰਾਗ ਲਾਪੀ ਜਾਣ ਵੀ ਸਿੱਧੂ ਨੂੰ ਆਹ ਹੋ ਗਿਆ ਜੀ, ਸਿੱਧੂ ਨੂੰ ਐਂ ਹੋ ਗਿਆ ਜੀ, ਆਪਾਂ ਇਹ ਵੀ ਨਹੀਂ ਕਹਿੰਦੇ। ਪਰ ਮੈਂ ਉਦੋਂ ਇਹੀ ਆਖਿਆ ਸੀ ਵੀ ਸਟੇਜਾਂ ਤੇ ਜਾ ਕੇ ਉਹਦਾ ਨਾਂ ਲੈ ਕੇ ਥਾਪੀਆਂ ਨਾ ਮਾਰਨ, ਬਸ ਥਾਪੀ ਤਾਂ ਇਕੱਲੇ ਸਿੱਧੂ ਦੀ ਸੀ ਜਾਂ ਸਾਡੀ ਕਬੱਡੀ ਜਗਤ ਦੀ ਸੀ ਜਾਂ ਜਿਹੜੇ ਬੱਚੇ ਡਿਗਰੀਆਂ ਲੈ ਕੇ ਮਾਣ ਨਾਲ ਥਾਪੀਆਂ ਮਾਰਦੇ ਨੇ ਉਹਨਾਂ ਦੀ ਸੀ, ਤੇ ਇਹਦੇ ਤੇ ਸਿੰਗਰਾਂ ਦਾ ਕੋਈ ਹੱਕ ਨਹੀਂ, ਸਿਰਫ ਸਿੱਧੂ ਦਾ ਹੀ ਹੱਕ ਸੀ। ਸਿੱਧੂ ਨੇ ਥਾਪੀ ਨੂੰ ਕਿੱਥੇ ਤੱਕ ਪਹੁੰਚਾਇਆ, ਜਦੋਂ ਬੱਚੇ ਡਿਗਰੀ ਲੈ ਕੇ ਥਾਪੀ ਮਾਰ ਕੇ ਬਾਹਰ ਨਿਕਲਦੇ ਸਾਡੇ ਬੱਸ ਤੇ ਮਾਣ ਵਾਲੀ ਗੱਲ ਹੈ, ਗਰਾਊਂਡ 'ਚ ਥਾਪੀ ਵੱਜਦੇ ਆ ਉਦੋਂ ਸਾਡਾ ਮਾਣ ਨਾਲ ਸਿਰ ਉੱਚਾ ਹੁੰਦਾ ਹੈ, ਪਰ ਜਦੋਂ ਸਿੰਗਰ ਮਾਰਦੇ ਆ ਨਾ ਉਦੋਂ ਸਾਡਾ ਮਨ ਦੁਖੀ ਹੁੰਦਾ ਹੈ, ਕਿਉਂਕਿ ਜਿਉਂਦੇ ਨਾਲ ਉਹਦੇ ਨਾਲ ਕੋਈ ਵੀ ਨਹੀਂ ਖੜਿਆ, ਜਿਉਂਦੇ ਨੇ ਉਹਨਾਂ ਉਹਦੀਆਂ ਲੱਤਾਂ ਹੀ ਖਿੱਚੀਆਂ ਜਿਉਂਦੇ ਦੀਆਂ ਤਾਂ ਉਹਨਾਂ ਨੇ। ਇਹ ਜਿਹੜੇ ਹੁਣ ਫੇਸਬੁੱਕ ਤੇ ਕੁਛ ਵਿੱਚ ਹੈਗੇ ਆ ਛੱਡੇ ਹੋਏ, ਉਹਨਾਂ ਨੂੰ ਨਹੀਂ ਪਤਾ ਵੀ ਸਿੱਧੂ ਨਾਲ ਕੀ ਹੋਇਆ, ਉਹਨੇ 4 ਸਾਲ ਜਿਹੜੇ ਜੀਵਨ ਦੇ ਗੁਜ਼ਾਰੇ ਆਪਦੇ, ਉਹ ਜਾਂ ਤਾਂ ਸਾਨੂੰ ਮਾਂ ਪਿਓ ਨੂੰ ਪਤਾ ਹੈ ਵੀ ਉਹ ਕਿੰਨੇ ਪ੍ਰੈਸ਼ਰ ਦੇ ਵਿੱਚ ਰਹਿੰਦਾ ਸੀ, ਜਾਂ ਸਾਨੂੰ ਪਤਾ, ਸਾਨੂੰ ਪਤਾ ਹੀ ਸਾਰਿਆਂ ਨੂੰ ਪਤਾ ਸੀ ਵੀ ਇੱਕ ਗਾਣਾ ਕੱਢਦਾ ਸੀ ਉਹਦੇ ਚੋਂ ਹਜ਼ਾਰ ਹਜ਼ਾਰ ਟਿੱਪਣੀਆਂ ਕਰਕੇ ਤੇ ਉਹਨੂੰ ਵਿਚਾਰੇ ਨੂੰ ਇੰਨਾ ਖੱਜਲ ਕਰਦੇ ਸੀਗੇ ਇਹ ਲੋਕ, ਤੇ ਅੱਜ ਉਹ ਸਹਿਮਤੀਆਂ ਜਿਤਾਉਂਦੇ ਫਿਰਦੇ ਨੇ, ਆਪਾਂ ਨੂੰ ਉਹਨਾਂ ਦੀ ਸਹਿਮਤੀ ਦੀ ਕੋਈ ਲੋੜ ਨਹੀਂ। ਤੁਸੀਂ ਸਾਡਾ ਪਰਿਵਾਰ ਹੈਗੇ ਹੋ, ਸਾਨੂੰ ਤੁਹਾਡੇ ਨਾਲ ਸਭ ਕੁਝ ਮਾਣ ਮਿਲਦਾ, ਸਾਨੂੰ ਹੌਸਲਾ ਮਿਲਦਾ, ਤੁਹਾਡੇ ਸਹਾਰੇ ਅਸੀਂ ਜਾਣੀ ਕਿ ਰੋਜ਼ ਦਿਨ ਭਰ ਦਿਨ ਸਾਡਾ ਫਰਕ ਪੈਂਦਾ ਵੀ ਨਹੀਂ ਸਾਡਾ ਸਿੱਧੂ ਗਿਆ ਨਹੀਂ, ਸਾਡਾ ਸਿੱਧੂ ਤਾਂ ਇੰਨਾ ਚ ਹੀ ਦਿਸਦਾ ਸਾਨੂੰ।